ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸੁਨੇਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ, ਵਹੀਰਾਂ ਕੱਤ ਕੇ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੁਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਅਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20, 50-50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50-50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛੱਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਜਿਹੜੀ ਵੀ ਸ਼ਰਧਾ ਅਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤਾਂ ਪਹੁੰਚਣਾ ਹੀ ਪਹੁੰਚਣਾ, ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉੱਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਕੱਤ ਕੇ ਪਰਿਵਾਰਾਂ ਸਮੇਤ
ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ, ਜਿਹੜੀ ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ 'ਤੇ ਅਰਦਾਸ ਕਰਨੀ ਹੈ। ਬਾਬਾ ਦੀਪ ਸਿੰਘ ਜੀ ਨੇ ਇੱਕ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਤੀਜੇ ਹਿੱਸੇ 'ਚ ਮੇਰੀਆਂ ਜਿੰਨੀਆਂ ਭੈਣਾਂ ਬੈਠੀਆਂ, ਤੁਸੀਂ ਗੱਜ ਕੇ ਬੋਲੇ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਲੈ ਲਓ ਖੰਡੇ ਵਾਲੇ ਦੀਆਂ ਖੁਸ਼ੀਆਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਅਤੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਬਹਿਣਾ। ਮੇਰੀ ਇੱਕ ਬੇਨਤੀ ਸੁਣਿਓ ਧਿਆਨ ਨਾਲ, ਥੋੜ੍ਹਾ ਜਿਹਾ ਸਮਾਂ ਆਪਣਾ ਹੋਰ ਬਾਕੀ ਹੈ, ਸੁਣਿਓ ਧਿਆਨ ਨਾਲ। ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਬਹਿਣਾ, ਇਸ ਭਾਵਨਾ ਦੇ ਨਾਲ, ਕਿਉਂਕਿ ਜਦੋਂ ਗੁਰਮੁਖਾਂ ਨੇ, ਬਾਬਾ ਅੰਮ੍ਰਿਤਪਾਲ ਸਿੰਘ ਜੀ ਨੇ ਇਹ ਪ੍ਰੋਗਰਾਮ ਉਲੀਕੇ, ਪ੍ਰਚਾਰ ਕੀਤਾ, ਥਾਂ ਥਾਂ 'ਤੇ ਬੋਰਡ ਵੀ ਲਾਏ, ਵਟਸਐਪ 'ਤੇ ਸੁਨੇਹੇ ਵੀ ਦਿੱਤੇ ਕਿ ਆਇਓ ਜੀ ਸਮਾਗਮ ਨੇ, ਹੁਣ ਜਿੰਨਿਆਂ ਤੱਕ ਇਹ ਸੁਨੇਹਾ ਪਹੁੰਚਿਆ ਸਾਰੇ ਨਹੀਂ ਆਏ। ਸੱਚੀ ਗੱਲ ਹੈ, ਸਾਰੇ ਨਹੀਂ ਆਏ, ਹਜ਼ਾਰਾਂ ਲੱਖਾਂ ਤੱਕ ਮੈਸੇਜ ਪਹੁੰਚੇ ਹੋਣਗੇ, ਪਰ ਸਾਰੇ ਨਹੀਂ ਆਏ। ਕਈਆਂ ਨੇ ਬੋਰਡ ਲੱਗਿਆ ਵੇਖਿਆ ਤੇ ਬੋਰਡ ਵੱਲ ਵੇਖ ਕੇ ਨਾ ਅੱਖਾਂ ਫੇਰ ਲਈਆਂ ਹੋਣਗੀਆਂ। ਬੜੇ ਸਮਾਗਮ ਹੁੰਦੇ ਰਹਿੰਦੇ ਨੇ, ਜੇ ਨਾ ਵੀ ਗਏ ਤੇ ਕੀ ਫਰਕ ਪੈ ਜਾਣਾ, ਹੈਂਜੀ, ਕਈ ਇਹੋ ਜਿਹੇ ਵੀ ਹੋਣਗੇ, ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਆਉਣ ਦੀ ਪਲੈਨਿੰਗ ਕੀਤੀ ਕਿ ਮੈਂ ਜਾਣਾ ਹੈ, ਹਰ ਹਾਲ ਦੇ ਵਿੱਚ ਜਾਣਾ, ਪਰ ਸਰੀਰ ਢਿੱਲਾ ਹੋ ਗਿਆ, ਕੋਈ ਮਜਬੂਰੀ ਪੈ ਗਈ, ਆ ਹੀ ਨਹੀਂ ਪਾਏ। ਤੇ ਕਈ ਇਹੋ ਜਿਹੇ ਵੀ ਹੋਣਗੇ ਸ਼ਾਮ ਤੱਕ ਜਿਨ੍ਹਾਂ ਦਾ ਇੱਥੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਅਚਾਨਕ ਬਣ ਗਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਅਚਾਨਕ ਬਣ ਗਿਆ। ਨਹੀਂ ਯਾਰ, ਚਲੋ ਸਮੇਂ ਚੋਂ ਸਮਾਂ ਕੱਢ ਕੇ ਜਾਣਾ ਹੀ ਨਹੀਂ,
ਹਾਜ਼ਰੀ ਭਰੀ ਲੈਣੇ। ਇੰਨਾ ਪ੍ਰਚਾਰ ਹੋਇਆ, ਸੰਗਤਾਂ ਬਹੁਤ ਨੇ, ਪਰ ਜਿੱਥੋਂ ਜਿੱਥੋਂ ਤੱਕ ਮੈਸੇਜ ਪਹੁੰਚੇ ਤਾਂ ਵੀ ਨਹੀਂ ਸਾਰੇ ਆਏ। ਕਈਆਂ ਨੇ ਆਉਣ ਦੀ ਪਲੈਨਿੰਗ ਕੀਤੀ, ਰਹਿ ਗਏ, ਕਈ ਅਚਾਨਕ ਆ ਗਏ। ਇਹਦਾ ਮਤਲਬ ਪਤਾ ਕੀ ਹੈ? ਇੱਥੇ ਤੇ ਉਹੋ ਹੀ ਆਇਆ ਜਿਹਨੂੰ ਗੁਰੂ ਨਾਨਕ ਨੇ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਨੇ, ਬਾਬਾ ਨੰਦ ਸਿੰਘ ਨੇ ਆਵਾਜ਼ ਮਾਰ ਕੇ ਬੁਲਾਇਆ। ਬੋਲੇ ਇੱਥੇ ਤੇ ਉਹੋ ਹੀ ਆਇਆ ਜਿਹਨੂੰ ਆਪ ਸਾਹਿਬਾਂ ਨੇ ਸੱਦਾ ਦੇ ਕੇ ਬੁਲਾਇਆ। ਤੇ ਤੁਸੀਂ ਸਿਆਣੇ ਹੋ, ਕੋਈ ਸਾਡੇ ਸਪੈਸ਼ਲ ਇਨਵੀਟੇਸ਼ਨ ਤੇ ਸਾਡੇ ਘਰ ਆਵੇ, ਸਪੈਸ਼ਲ ਸੱਦੇ ਤੇ, ਜਦੋਂ ਅਸੀਂ ਉਹਨੂੰ ਤੋਰਦੇ ਹਾਂ ਨਾ, ਕਦੀ ਖਾਲੀ ਹੱਥ ਨਹੀਂ ਤੋਰਦੇ। ਆਪਣੀ ਵਿੱਤ ਮੁਤਾਬਕ ਉਹਨਾਂ ਦੇ ਬੱਚਿਆਂ ਲਈ ਕੱਪੜੇ ਦੇਵਾਂਗੇ, ਜਾਂ ਮਾਇਆ ਦੇਵਾਂਗੇ, ਸਗਨ ਦੇਵਾਂਗੇ, ਕੋਈ ਫਲ ਫਰੂਟ ਦੇਵਾਂਗੇ। ਆਪਣੀ ਵਿੱਤ ਮੁਤਾਬਕ ਕੁੱਝ ਨਾ ਕੁੱਝ ਦੇ ਕੇ ਤੋਰਦੇ ਹਾਂ, ਕੋਈ ਤੋਹਫ਼ਾ ਦੇ ਕੇ ਹੀ ਤੋਰਦੇ ਹਾਂ ਵੀ ਤੂੰ ਮੇਰੇ ਵਿਸ਼ੇਸ਼ ਸੱਦੇ ਤੇ ਆਇਆ ਤੇ ਤੈਨੂੰ ਹੁਣ ਮੈਂ ਖਾਲੀ ਨਹੀਂ ਪਾਉਣਾ, ਕੁੱਝ ਨਾ ਕੁੱਝ ਲੈ ਕੇ ਜਾ। ਇੱਕ ਆਮ ਬੰਦੇ ਦੇ ਸੱਦੇ ਦੇ ਉੱਤੇ ਕੋਈ ਆ ਜਾਵੇ, ਆਮ ਬੰਦਾ ਵੀ ਉਹਨੂੰ ਭਰ ਕੇ ਤੋਰਦਾ, ਖਾਲੀ ਨਹੀਂ ਤੋਰਦਾ। ਤੇ ਅੱਜ ਜੇ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਬਾਬਾ ਨੰਦ ਸਿੰਘ, ਬਾਬਾ ਕੰਨ ਸਿੰਘ ਜੀ, ਆ ਸਾਰਿਆਂ ਦੇ ਸੱਦੇ ਤੇ ਜੇ ਅਸੀਂ ਆਏ ਹਾਂ ਤੇ ਸੱਚੀ ਗੱਲ ਹੈ, ਬਾਬੇ ਨੇ ਵੀ ਅੱਜ ਸਾਨੂੰ ਖਾਲੀ ਨਹੀਂ ਜੇ ਮੋੜਨਾ। ਜਦੋਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਉੱਠ ਕੇ ਜਾਣਾ ਨਾ, ਮੈਂ ਸੱਚ ਕਹਿ ਰਿਹਾ, ਉਹ ਗੁਰੂ ਤਕਾ ਨੇ ਕੋਈ ਨਾ ਕੋਈ ਬਖਸ਼ ਸਾਡੀ ਝੋਲੀ ਵਿੱਚ ਪਾ ਕੇ ਹੀ ਤੋਰਨਾ। ਬੋਲੇ ਪੂਰੀ ਸ਼ਰਧਾ, ਪੂਰੀ ਭਾਵਨਾ ਨਾਲ ਬੈਠੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਜਿੱਥੇ ਬਹਿ ਗਿਆ ਬਸ ਹੁਣ ਆਨੰਦ ਚ ਜੁੜਦਾ, ਜਿਹੜਾ ਜਿੱਥੇ ਬਹਿ ਗਿਆ ਬਸ ਬੈਠੇ। ਬਾਪੂ ਤੇਰੇ ਸੱਦੇ ਤੇ ਆਏ ਆ, ਜਦੋਂ ਤੂੰ ਵਿਦਾਇਗੀ ਦੇਣੀ ਹੈ, ਕੁੱਝ ਨਾ ਕੁੱਝ ਅੱਜ ਬਖਸ਼ਿਸ਼ ਦੇ ਕੇ ਹੀ ਤੋਰਨਾ, ਇਹ ਭਾਵਨਾ ਵੀ ਬਣਾ ਲਿਆਉਣਾ, ਵੱਡੀ ਭਾਵਨਾ। ਇਹ ਮੇਰੀ ਬੇਨਤੀ ਔਰ ਹੈ ਵੀ ਇਹ ਸੱਚਾਈ। ਜੇ ਕਿਸੇ ਦੀ ਭਾਵਨਾ ਚ ਕਮਜ਼ੋਰੀ ਹੋਵੇ, ਬਣਾ ਲਿਓ ਭਾਵਨਾ। ਗਰੰਟੀ ਦੇ ਰਹੇ ਹਾਂ, ਬਾਪੂ ਨੇ ਖਾਲੀ ਨਹੀਂ ਜੇ ਮੋੜਨਾ। ਇਸ ਕਰਕੇ ਆ ਪੂਰੀ ਵਿਲ ਪਾਵਰ ਨਾਲ, ਪੂਰੀ ਸ਼ਰਧਾ ਨਾਲ ਬਹਿਣਾ ਤੇ ਤਿੰਨ ਹਿੱਸੇ ਬਣਾ ਲਓ, ਪਹਿਲੇ ਦਾਸ, ਫਿਰ ਦੂਜੇ ਹਿੱਸੇ ਚ ਵੀ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਮੈਂ ਸਾਜਾਂ ਨੂੰ ਵੀ ਵਿੱਚ ਨਰਮ ਕਰ ਦੇਣਾ, ਤੇ ਤੀਜੇ ਹਿੱਸੇ ਚ ਭੈਣੋ ਤੁਸੀਂ ਪੰਜਾਂ ਪੰਜਾਂ ਦੀ ਇੱਕ ਇੱਕ ਚੋਂ ਆਵਾਜ਼ ਆਵੇ, ਗੱਜ ਕੇ ਹਾਜ਼ਰੀ ਲਾਇਓ, ਕੋਈ ਰਸਨਾ ਮੰਜੀ ਨਾ ਰਹੇ। ਬੋਲੋ ਓਏ
ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ, ਮੇਰੇ ਅਸਲੀ ਸਾਜਨ, ਮੇਰੇ ਅਸਲੀ ਮਿੱਤਰ ਉਹ ਜਿਨ੍ਹਾਂ ਨੂੰ ਮੈਂ ਮਿਲਿਆ ਤੇ ਉਹਨਾਂ ਦੇ ਮਿਲਣ ਦਾ ਸਦਕਾ ਅੱਗੇ ਮੈਂ ਇੱਕ ਵਾਰੀ ਗੁਰੂ ਰਾਮਦਾਸ ਨੂੰ ਧੰਨ ਕਹਿੰਦਾ ਸਾਂ, ਹੁਣ ਮੇਰਾ 100 ਵਾਰੀ ਹੋਰ ਧੰਨ ਕਹਿਣ ਨੂੰ ਦਿਲ ਕਰਨ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮੇਰੇ ਅਸਲੀ ਸਾਜਨ ਉਹ, ਅਸਲੀ ਮਿੱਤਰ ਉਹ, ਇੱਕ ਵਾਰੀ ਉਹਨਾਂ ਦੀ ਸੰਗਤ ਵਿੱਚ ਮੈਂ ਬਹਿ ਗਿਆ ਤੇ ਮੇਰਾ ਚਿੱਤ ਕਰਨ ਲੱਗ ਪਿਆ ਮੈਂ ਹੋਰ ਵਾਹਿਗੁਰੂ ਵਾਹਿਗੁਰੂ ਕਰਾਂ, ਹੋਰ ਮੈਂ ਬਾਣੀ ਦਾ ਪਹਿਰਾ ਲਾਵਾਂ, ਹੋਰ ਮੈਂ ਸਿਮਰਨ ਕਰਾਂ ਜਿਨ੍ਹਾਂ ਨੇ ਮੈਨੂੰ ਸੱਚ ਨਾਲ ਜੋੜ ਦਿੱਤਾ, ਸੱਚ ਨਾਲ। ਹੈ ਜੀ, ਅਸਲੀ ਮਿੱਤਰ ਉਹ ਨੇ, ਅਸਲੀ ਸਾਜਨ ਉਹ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਵੇਖੋ ਪਿਆਰਿਓ, ਦੁਨੀਆਂ ਦੇ ਉੱਤੇ ਅਸੀਂ ਮਿੱਤਰ ਬਣਾਉਂਦੇ ਹਾਂ ਤੇ ਟੌਰ ਸਮਝਦੇ ਹਾਂ ਮੇਰੇ ਇੰਨੇ ਮਿੱਤਰ ਨੇ, ਮੇਰੇ ਇੰਨੇ ਸਾਜਨ ਨੇ, ਮੈਂ ਜਦੋਂ ਆਵਾਜ਼ ਮਾਰਾਂਗਾ ਨਾ ਆਪਣੇ ਮਿੱਤਰਾਂ ਨੂੰ ਤੇ ਖੜੇ ਹੋ ਜਾਣਗੇ ਮੇਰੇ ਨਾਲ, ਜਿੰਨੇ ਮਿੱਤਰ ਉਨੀ ਟੌਰ ਜ਼ਿਆਦਾ। ਪਰ ਸੱਚਾਈ ਏ, ਸੱਚਾਈ ਅਸੀਂ ਦੁਨੀਆਂ ਦੇ ਉੱਤੇ ਮਿੱਤਰ ਬਣਾਉਂਦੇ ਹਾਂ, ਉਹ ਮਿੱਤਰ ਕਈ ਵਾਰੀ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ, ਜਿਉਂਦਿਆਂ ਜੀ। ਸੱਚਾਈ ਕਹਿ ਰਹੇ ਹਾਂ, ਮਾਇਆ ਦੇ ਸਾਥੀ ਨੇ, ਮਾਇਆ ਦੇ ਸੁੱਖ ਸਹੂਲਤਾਂ ਤੇਰੇ ਕੋਲ ਨੇ, ਮਿੱਤਰ ਦੋਸਤ ਵੀ ਤੇਰੇ, ਮਾਇਆ ਤੇਰੇ ਕੋਲ, ਮਿੱਤਰ ਦੋਸਤ ਵੀ ਤੇਰੇ। ਕਈ ਵਾਰੀ ਇਹੋ ਜਿਹਾ ਹਿਸਾਬ ਹੁੰਦਾ ਹੈ, ਮਾਇਆ ਜਾਣ ਦੀ ਦੇਰ ਏ, ਸਭ ਤੋਂ ਪਹਿਲੇ ਮੂੰਹ ਵੀ ਉਹੀ ਮੋੜਦਾ ਜਿਹੜਾ ਸਭ ਤੋਂ ਨੇੜੇ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਭ ਤੋਂ ਪਹਿਲੇ ਮੂੰਹ ਵੀ ਕਈ ਵਾਰੀ ਉਹੀ ਮੋੜਦਾ ਜਿਹੜਾ ਸਭ ਤੋਂ ਨੇੜੇ ਹੁੰਦਾ, ਨੇੜੇ। ਆਮ ਦੁਨੀਆਂ ਦੀ ਹਾਲਾਤ ਏ, ਆਮ ਦੁਨੀਆਂ ਦਾ ਸਿਸਟਮ ਏ, ਮਾਇਆ ਗਈ ਸਾਥ ਛੁੱਟ ਗਏ, ਮਾਇਆ ਗਈ ਪਿੱਠ ਤੇ ਲੱਤ ਮਾਰੀ। ਪਰ ਪਿਆਰਿਓ, ਇੱਕ ਮਿੱਤਰ ਉਹ ਵੀ ਨੇ, ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਨੰਦ ਸਿੰਘ ਜੀ ਵਰਗੇ, ਬਾਬਾ ਕੁੰਦਨ ਸਿੰਘ ਜੀ ਵਰਗੇ। ਉਹ ਮਿੱਤਰ ਆਮ ਮਿੱਤਰ ਤੇ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ। ਹੁਣ ਇੱਕ ਜਕਾਰਾ ਸੰਗਤ ਜੀ ਤੁਹਾਡੇ ਵੱਲੋਂ ਆਵੇ ਗੱਲ ਸੁਣਨ ਤੋਂ ਬਾਅਦ, ਆਮ ਮਿੱਤਰ ਤੇ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ, ਪਰ ਜੇ ਬਾਂਹ ਫੜਾਈ ਹੋਵੇ ਬਾਬਾ ਦੀਪ ਸਿੰਘ ਵਰਗੇ ਮਿੱਤਰਾਂ ਨੂੰ, ਬਾਂਹ ਫੜਾਈ ਹੋਵੇ ਬਾਬਾ ਨੰਦ ਸਿੰਘ ਵਰਗੇ ਮਿੱਤਰਾਂ ਨੂੰ, ਬਾਬਾ ਈਸ਼ਰ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ ਵਰਗੇ ਮਿੱਤਰਾਂ ਨੂੰ, ਆਮ ਮਿੱਤਰ ਤੇ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ, ਪਰ ਇਹ ਮਹਾਂਪੁਰਖ ਮਰਨ ਤੋਂ ਬਾਅਦ ਵੀ ਬਾਂਹ ਨਹੀਂ ਜੇ ਛੱਡਦੇ। ਸਤਿ ਸ੍ਰੀ ਅਕਾਲ। ਕਮਾਈ ਵਾਲੇ ਮਰਨ ਤੋਂ ਬਾਅਦ ਵੀ ਬਾਂਹ ਨਹੀਂ ਜੇ ਛੱਡਦੇ, ਇਸੇ ਲਈ ਤੇ ਕਹਿੰਦੇ ਆ, ਨਾਨਕ ਕੱਚਣਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ ਹੋਏ ਮੋਇਆ ਨਾ ਜਾਈ ਛੋੜ। ਇਹ ਮਿੱਤਰ ਤੇ ਮਰਨ ਤੋਂ ਬਾਅਦ ਵੀ ਨਾਲ ਨਿਭਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ
ਦੁਨੀਆਂ ਤੇ ਮਿੱਤਰ ਬਣਾਉਂਦੇ ਆ, ਪਰ ਇਹਨਾਂ ਨੂੰ ਵੀ ਮਿੱਤਰ ਬਣਾ ਕੇ ਵੇਖੋ। ਦੁਨੀਆਂ ਤੇ ਬਣਾਏ ਹੋਏ ਮਿੱਤਰ ਕਈ ਵਾਰੀ ਸਾਥ ਛੱਡ ਦਿੰਦੇ, ਪਰ ਇਹ ਤੇ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ। ਬਾ ਇਹਨਾਂ ਨੂੰ ਮਿੱਤਰ ਬਣਾਈਏ, ਜਿਨ੍ਹਾਂ ਦੀ ਸੰਗਤ ਵਿੱਚ ਬਹਿੰਦਿਆਂ ਹੀ ਅੰਦਰ ਸਿਮਰਨ ਚੱਲਣ ਲੱਗ ਪਏ, ਜਿਹੜੇ ਸਾਨੂੰ ਸੱਚ ਨਾਲ ਜੋੜਨ, ਜਿਹੜੇ ਸਾਨੂੰ ਨਾਮ ਨਾਲ ਜੋੜਨ, ਜਿਹੜੇ ਸਾਨੂੰ ਬਾਣੀ ਨਾਲ ਜੋੜਨ। ਉਹ ਜਿਨ੍ਹਾਂ ਦੀ ਸੰਗਤ ਕੀਤੇ ਆ, ਸਾਨੂੰ ਪਤਾ ਲੱਗੇ ਅਸਲੀਅਤ ਦੇ ਵਿੱਚ ਨਿਰਵੈਰਤਾ ਹੁੰਦੀ ਕੀ ਹੈ। ਨਿਰਵੈਰਤਾ ਨਾਲ ਜੋੜਨ, ਨਿਮਰਤਾ ਨਾਲ ਜੋੜਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਹੀਂ ਤੇ ਆਮ ਬੰਦਾ ਨਾ ਵੈਰ ਦੀਆਂ ਕੰਧਾਂ ਪਾਈ ਜਾਂਦਾ, ਵੈਰ ਦੀਆਂ ਕੰਧਾਂ। ਕੋਈ ਉਹਦੀ ਫੀਲਡ ਵਿੱਚ ਗਾਂ ਵਧੇ, ਵੈਰ ਦੀਆਂ ਕੰਧਾਂ ਖੜੀਆਂ ਕਰੇਗਾ। ਅੱਛਾ, ਇਹ ਅੱਗੇ ਕਿਵੇਂ ਵਧ ਰਿਹਾ, ਤੇ ਸਾਰੀ ਐਨਰਜੀ ਲਾ ਦੇਣੇ ਉਹਨੂੰ ਥੱਲੇ ਸੁੱਟਣ ਵਿੱਚ। ਉਸ ਤੋਂ ਥੋੜ੍ਹੀ ਜਿਹੀ ਘੱਟ ਐਨਰਜੀ ਵੀ ਆਪਣੇ ਆਪ ਨੂੰ ਤਾਂ ਚੁੱਕਣ ਤੇ ਲਾ, ਤੇਰਾ ਜੀਵਨ ਕਿੱਥੇ ਪਹੁੰਚ ਜਾਏਗਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਜਿੰਨੀ ਐਨਰਜੀ ਤੂੰ ਲਾਉਣਾ ਨਾ ਦੂਜਿਆਂ ਨੂੰ ਡੇਗਣ ਵਿੱਚ, ਓਨੀ ਐਨਰਜੀ ਆਪਣੇ ਆਪ ਨੂੰ ਚੁੱਕਣ 'ਚ ਲਾ, ਆਪਣਾ ਜੀਵਨ ਉੱਚਾ ਚੁੱਕਣ 'ਚ ਲਾ। ਫਿਰ ਵੇਖੀ ਕਿਵੇਂ ਨਹੀਂ ਬਰਕਤਾਂ ਪੈਣਗੀਆਂ, ਕਿਵੇਂ ਨਹੀਂ ਬਖਸ਼ਿਸ਼ਾਂ ਵਰਤਣਗੀਆਂ। ਜਦੋਂ ਮਹਾਂਪੁਰਖ ਦੀ ਸੰਗਤ ਕਰਦੇ ਆ, ਕਮਾਈ ਵਾਲਿਆਂ ਦੀ ਸੰਗਤ ਕਰਦੇ ਆ, ਉਹ ਸਾਨੂੰ ਨਿਰਵੈਰਤਾ ਦਾ ਰਸਤਾ ਸਿਖਾਉਂਦੇ ਨੇ, ਨਿਰਵੈਰਤਾ ਦਾ। ਉਹ ਪਿਆਰੇ ਆ, ਐਵੇਂ ਵੈਰ ਦੀਆਂ ਕੰਧਾਂ ਪਾ ਕੇ ਨਾ ਬਹਿ, ਵੈਰ ਦੀਆਂ ਕੰਧਾਂ ਨੂੰ ਢਾ ਢਾ। ਕਈ ਵਾਰੀ ਅਸੀਂ ਬੜੀਆਂ ਸ਼ਬੀਲਾਂ ਲਾ ਲਾ ਕੇ ਗੁਰਪੁਰਬ ਮਨਾਉਂਦੇ ਆ, ਲੰਗਰ ਲਾ ਲਾ ਕੇ ਗੁਰਪੁਰਬ ਮਨਾਉਂਦੇ ਆ, ਕੀਰਤਨ ਦਰਬਾਰ ਕਰਾ ਕਰਾ ਕੇ, ਨਗਰ ਕੀਰਤਨ ਕੱਢ ਕੱਢ ਕੇ ਗੁਰਪੁਰਬ ਮਨਾਉਂਦੇ ਆ। ਚਲੋ, ਚੰਗੀਆਂ ਗੱਲਾਂ, ਕੋਈ ਗਲਤ ਨਹੀਂ। ਅਖੰਡ ਪਾਠ ਸਾਹਿਬ ਕਰਾ ਕੇ ਵੀ ਗੁਰਪੁਰਬ ਮਨਾਉਂਦੇ ਆ, ਸਹਿਜ ਪਾਠ ਕਰਕੇ ਵੀ ਗੁਰਪੁਰਬ ਮਨਾਉਂਦੇ ਆ, ਪਰ ਕਦੀ ਕਦੀ ਗੁਰਪੁਰਬ ਏਦਾਂ ਵੀ ਮਨਾ ਲਿਆ ਕਰੋ। ਪਤਾ ਕਿੱਦਾਂ? ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾ, ਗੁਰਪੁਰਬ ਇੰਜ ਵੀ ਮਨਾ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਗੁਰਪੁਰਬ ਇੱਕ ਐਗਜ਼ਾਮਪਲ ਦੇ ਰਹੇ ਹਾਂ, ਅੱਜ ਗੁਰਪੁਰਬ, ਅੱਜ ਮੈਂ ਗੁਰਪੁਰਬ ਪਤਾ ਕਿਵੇਂ ਮਨਾਉਣਾ। ਮੇਰਾ ਗੁਆਂਢੀ ਏ, ਜਾਂ ਮੇਰਾ ਰਿਸ਼ਤੇਦਾਰ, ਜਾਂ ਮੇਰਾ ਭਰਾ, ਜਾਂ ਮੇਰੀ ਭੈਣ ਏ, 5 ਸਾਲ ਹੋ ਗਏ ਉਹਦੇ ਨਾਲ ਮੇਰੀ ਬਣਦੀ ਨਹੀਂ, ਅੱਜ ਮੈਂ ਜਾਣਾ ਨੰਗੇ ਪੈਰੀ ਉਹਦੇ ਘਰ, ਉਸ ਰੁੱਸੇ ਹੋਏ ਨੂੰ ਮਨਾਉਣ ਵਾਸਤੇ। ਹਾਂਜੀ, ਮੈਂ ਅੱਜ ਜਾ ਕੇ ਉਹਦੇ ਪੈਰ ਫੜ ਲੈਣੇ ਨੇ, ਤੇ ਜਾ ਕੇ ਉਸ ਰੁੱਸੇ ਨੂੰ ਮਨਾਉਣਾ ਬਈ ਮੇਰੇ ਕੋਲੋਂ ਗਲਤੀਆਂ ਹੋਈਆਂ ਨੇ, ਭਾਵੇਂ ਗਲਤੀ ਉਹਦੀ ਕਿਉਂ ਨਾ ਹੋਵੇ, ਮੇਰੇ ਕੋਲੋਂ ਗਲਤੀਆਂ ਹੋਈਆਂ, ਤੇ ਆਹ ਦੀਵਾਰਾਂ ਨੂੰ ਅੱਜ ਢਾ ਦਈਏ। ਮੈਂ ਕਹਿੰਦਾ ਮਨਾਓ ਹੈ ਇੱਦਾਂ ਗੁਰਪੁਰਬ। ਹਾਂਜੀ, ਰੁੱਸੇ ਨੂੰ ਮਨਾ ਕੇ, ਨਫ਼ਰਤ ਦੀਆਂ ਦੀਵਾਰਾਂ ਨੂੰ ਢਾ ਕੇ ਮਨਾਓ ਗੁਰਪੁਰਬ। ਤੇ ਜਦੋਂ ਜਾਓਗੇ ਨਾ ਕਿਸੇ ਰੁੱਸੇ ਨੂੰ ਮਨਾਉਣ, ਬਾਣੀ ਦਾ ਨੇਮ ਵਧਾ ਕੇ ਅਰਦਾਸ ਕਰਕੇ ਆਪਣੇ ਮਾਲਕ ਨੂੰ ਨਾਲ ਲੈ ਕੇ ਜਾਏ, ਸਾਹਮਣੇ ਵਾਲਾ ਮੰਨੇਗਾ ਹੀ ਮੰਨੇਗਾ। ਹੋ ਸਕਦਾ ਉਹਦੇ ਅੰਦਰ ਇੰਨੀ ਗੱਲ ਆ ਜਾਵੇ, ਵੇਖਿਆ ਮੈਂ ਉੱਚਾ ਹੀ ਨੀਵਾਂ, ਇਹ ਚੱਲ ਕੇ ਆਇਆ, ਮੈਂ ਥੋੜ੍ਹੀ ਗਿਆ, ਮੈਂ ਵੱਡਾ ਹੈ ਛੋਟਾ। ਹੋ ਸਕਦਾ ਉਹਦੇ ਅੰਦਰ ਇੰਨੀ ਗੱਲ ਆ ਜਾਵੇ, ਪਰ ਇੱਕ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਫਿੱਟ ਕਰ ਲਿਓ ਪਿਆਰੇ, ਉਹ ਭਾਵੇਂ ਉਹਦੇ ਅੰਦਰ ਇੰਨੀ ਗੱਲ ਆ ਜਾਵੇ, ਮੈਂ ਵੱਡਾ ਹੈ ਛੋਟਾ, ਮੈਂ ਚੱਲ ਕੇ ਨਹੀਂ ਗਿਆ, ਇਹੋ ਚੱਲ ਕੇ ਆਇਆ ਮੇਰੇ ਕੋਲ, ਪਰ ਇੱਕ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਬਿਠਾ ਲਿਓ,
ਅੱਜ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਅੱਜ ਮੈਨੂੰ ਖੁਸ਼ੀਆਂ ਦਿੱਤੀਆਂ ਨੇ। ਖੁਸ਼ੀਆਂ ਕਿਉਂ ਦਿੱਤੀਆਂ? ਅੱਜ ਗੁਰੂ ਰਾਮਦਾਸ ਵੀ ਕਹਿੰਦੇ ਨੇ ਉਹ ਮੇਰੇ ਪੁੱਤਰਾ, ਜਿਹੜਾ ਮੈਂ ਨਿਰਵੈਰਤਾ ਦਾ ਰਸਤਾ ਵਿਖਾ ਕੇ ਗਿਆ ਨਾ, ਅੱਜ ਤੂੰ ਆਪਣੇ ਅੰਦਰੋਂ ਵੈਰ ਦੀਆਂ ਕੰਧਾਂ ਨੂੰ ਢਾਇਆ ਤੇ ਅੱਜ ਤੂੰ ਵੀ ਉਸ ਰਸਤੇ ਦਾ ਪੰਧੀ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫਿਰ ਵੇਖਿਓ ਜੀਵਨ ਜਿਉਣ ਦਾ ਨਜ਼ਾਰਾ, ਫਿਰ ਵੇਖਿਓ ਕਿੰਨੀਆਂ ਖੁਸ਼ੀਆਂ ਮਿਲਦੀਆਂ। ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾ, ਗੁਰਪੁਰਬ ਇੰਜ ਵੀ ਮਨਾ। ਇਹ ਕੌਣ ਸਿਖਾਏਗਾ? ਵੈਰ ਦੀਆਂ ਦੀਵਾਰਾਂ ਨੂੰ ਢਾਉਣਾ ਕੌਣ ਸਿਖਾਏਗਾ? ਇਹ ਮਹਾਂਪੁਰਖ ਸਿਖਾਏਗਾ, ਕਮਾਈ ਵਾਲਾ ਸਿਖਾਏਗਾ। ਨਹੀਂ ਤੇ ਸੱਚੀ ਗੱਲ ਏ, ਬਾਹਰ ਦੀ ਦੁਨੀਆਂ ਵਿੱਚ ਤੇ ਈਰਖਾ ਵੱਧ ਰਹੀ, ਧਾਰਮਿਕ ਦੁਨੀਆਂ ਚ ਵੀ ਵੱਧਦੀ ਜਾ ਰਹੀ। ਇੱਕ ਕਥਾ ਵਾਚਕ ਦੂਜੇ ਕਥਾ ਵਾਚਕ ਨੂੰ ਵੇਖ ਕੇ ਖੁਸ਼ ਨਹੀਂ, ਇੱਕ ਕੀਰਤਨੀਆਂ ਦੂਜੇ ਕੀਰਤਨੀਆਂ ਨੂੰ ਵੇਖ ਕੇ ਖੁਸ਼ ਨਹੀਂ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਨੂੰ ਵੇਖ ਕੇ ਖੁਸ਼ ਨਹੀਂ। ਇੱਕ ਸੁਖਮਨੀ ਸਾਹਿਬ ਸਭਾ ਸੁਸਾਇਟੀ ਦੀ ਮੁਖੀ ਬੀਬੀ ਹੈ, ਦੂਜੀ ਬੀਬੀ ਨੂੰ ਵੇਖ ਕੇ ਖੁਸ਼ ਨਹੀਂ। ਸੱਚੀ ਗੱਲ ਕਹਿੰਦੇ ਆ, ਇੱਕ ਭਰਾ ਦੂਜੇ ਭਰਾ ਨੂੰ ਵੇਖ ਕੇ ਖੁਸ਼ ਨਹੀਂ ਜੀ। ਕਮਾਲ ਦੀ ਗੱਲ, ਕਮਾਲ ਦੀ। ਅਸੀਂ ਗੁਰਪੁਰਬ ਮਨਾਉਂਦੇ ਹਾਂ, ਅਸੀਂ ਪਿਆਰਿਓ ਗੁਰੂ ਘਰਾਂ ਵਿੱਚ ਆ ਕੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਂਦੇ ਹਾਂ, ਪਰ ਵੈਰ ਦੀਆਂ ਕੰਧਾਂ ਫਿਰ ਉਸੇ ਤਰ੍ਹਾਂ ਬਰਕਰਾਰ ਰੱਖਦੇ ਹਾਂ। ਮਾਫੀ ਦੇਣਾ, ਫਿਰ ਗੁਰਪੁਰਬ ਮਨਾਉਣ ਦਾ ਇੰਨਾ ਲਾਭ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਅੰਦਰੋਂ ਵੈਰ ਦੀਆਂ ਦੀਵਾਰਾਂ ਨੂੰ ਢਾਉਣਾ ਹੈ, ਵਧਾਉਣਾ ਨਹੀਂ। ਵੈਰ ਦੀਆਂ ਦੀਵਾਰਾਂ ਨੂੰ ਢਾਉਣਾ ਕੌਣ ਸਿਖਾਉਂਦਾ? ਇੱਕ ਕਮਾਈ ਵਾਲਾ ਮਹਾਂਪੁਰਖ। ਨਿਮਰਤਾ ਚ ਰਹਿਣਾ ਕੌਣ ਸਿਖਾਉਂਦਾ? ਕਮਾਈ ਵਾਲਾ ਮਹਾਂਪੁਰਖ। ਬਾਬਾ ਆਨੰਦ ਸਿੰਘ ਸਾਹਿਬ ਦਾ ਜੀਵਨ ਪੜੋ, ਕਿੱਡੀ ਨਿਮਰਤਾ ਕਮਾਈ। ਕੋਈ ਭਾਵਨਾ ਦੇ ਨਾਲ ਉਸ ਸਾਧੂ ਦਾ ਜੀਵਨ ਪੜ੍ਹ ਲੇ, ਮੈਂ ਕਹਿੰਦਾ ਨਿਮਰਤਾ ਦਾ ਛੱਟਾ ਉਹਦੇ ਉੱਤੇ ਪਏਗਾ ਹੀ ਪਏਗਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਬੱਪੂ ਜੀ ਦਾ ਨਾਮ ਸਾਰੇ ਗੱਜ ਕੇ ਲਓ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਬਾਬਾ ਆਨੰਦ ਸਿੰਘ ਸਾਹਿਬ ਦਾ ਜੀਵਨ ਕੋਈ ਪੜ੍ਹ ਲੇ ਪਿਆਰ ਦੇ ਨਾਲ, ਜੀਵਨ ਗਾਥਾ ਉਹਨਾਂ ਦੀ ਕੋਈ ਸੁਣ ਲੈ ਪਿਆਰ ਦੇ ਨਾਲ, ਮੈਂ ਕਹਿੰਦਾ ਨਿਮਰਤਾ ਦਾ ਛਿੱਟਾ ਪੈਣਾ ਹੀ ਪੈਣਾ। ਇਹ ਕੋਈ ਛੋਟੀਆਂ ਗੱਲਾਂ ਨਹੀਂ। ਬਾਬਾ ਆਨੰਦ ਸਿੰਘ ਸਾਹਿਬ ਸਭ ਤੋਂ ਉੱਤੇ ਆਸਣ ਲਾਉਣਾ ਗੁਰੂ ਗ੍ਰੰਥ ਸਾਹਿਬ ਦਾ, ਫਿਰ ਗੁਰੂ ਦੇ ਕੀਰਤਨੀ ਹੈ ਜੀ, ਫਿਰ ਸੰਗਤਾਂ ਤੇ ਆਪ ਜ਼ਮੀਨ ਦੇ ਵਿੱਚ ਟੋਆ ਪੱਟ ਕੇ ਬਹਿਣਾ। ਇਹ ਛੋਟੀ ਗੱਲ ਨਹੀਂ। ਤੇ ਕਿਸੇ ਨੇ ਪੁੱਛਣਾ, ਮਹਾਂਪੁਰਖੋ ਜ਼ਮੀਨ 'ਚ ਟੋਆ ਪੱਟ ਕੇ ਕਿਉਂ ਬਹਿੰਦੇ? ਉਸ ਵੇਲੇ ਮਹਾਂਪੁਰਖਾਂ ਨੇ ਨਿਮਰਤਾ ਚ ਆਹੀ ਜਵਾਬ ਦੇਣਾ ਕਿ ਮੈਂ ਜ਼ਮੀਨ ਵਿੱਚ ਟੋਆ ਪੱਟ ਕੇ ਤਾਂ ਬਹਿਣਾ, ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ, ਇਹ ਨਹੀਂ ਮੈਨੂੰ ਮਿਲਣ। ਹਜ਼ਾਰਾਂ ਸੰਗਤਾਂ ਆਉਂਦੀਆਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ, ਮੈਂ ਜ਼ਮੀਨ ਵਿੱਚ ਟੋਆ ਪੱਟ ਕੇ ਤਾਂ ਬਹਿਣਾ, ਜਦੋਂ ਸੰਗਤ ਆਉਂਦੀ ਹੈ ਉਹ ਸੰਗਤ ਦੀ ਚਰਨ ਧੂੜੀ ਕਿਤੇ ਮੇਰੇ ਮੱਥੇ ਦੇ ਉੱਤੇ ਪੈ ਜੇ, ਤੇ ਸੰਗਤ ਦੀ ਚਰਨ ਧੂੜੀ ਦਾ ਸਦਕਾ ਹੀ ਗੁਰੂ ਨਾਨਕ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੇ। ਆ ਗਰੀਬੀ ਲੱਭਣੀ ਕਿਤੇ ਕਿ ਮੈਂ ਅਜੇ ਗੁਰੂ ਦਾ ਸਿੱਖ ਵੀ ਨਹੀਂ ਬਣਿਆ, ਸਿੱਖ ਵੀ ਨਹੀਂ। ਅਸੀਂ ਤੇ ਨਿੱਕੀ ਨਿੱਕੀ ਗੱਲ ਦੇ ਉੱਤੇ ਮੈਂ ਦੀ ਪੜ੍ਹਾਈ ਕਰਦੇ ਹਾਂ, ਮੈਂ ਇੰਨੀ ਮਾਇਆ ਵਾਲਾ, ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਸੋਹਣਾ ਕੀਰਤਨ ਕਰਦਾ, ਮੈਂ ਸੋਹਣੀ ਕਥਾ ਕਰਦਾ, ਮੈਂ ਇੱਕ ਆਵਾਜ਼ ਮਾਰਾਂ 500 ਬੰਦਾ ਇਕੱਠਾ ਹੋ ਸਕਦਾ,
ਮੇਰੀ ਤੇ ਏਡੀ ਵੱਡੀ ਜਮਾਤ ਹੈ, ਮੇਰੇ ਕੋਲ ਤੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਨੇ, ਅਸੀਂ ਤੇ ਗੱਲ ਗੱਲ ਤੇ ਮੈਂ ਦੀ ਪੜ੍ਹਾਈ ਕਰਦੇ ਹਾਂ। ਚਲੋ ਇਹ ਚੀਜ਼ਾਂ ਹੋਣੀਆਂ ਕੋਈ ਗਲਤ ਨਹੀਂ, ਅੰਮ੍ਰਿਤ ਵੇਲਾ ਸੰਭਾਲਦਾ, ਕਿਸੇ ਨੰਗੇ ਦਾ ਤਨ ਕੱਜਦਾ, ਭੁੱਖੇ ਦਾ ਪੇਟ ਭਰਦਾ, ਭਾਵੇਂ ਤੇਰੇ ਕੋਲ ਮਾਇਆ ਜ਼ਿਆਦਾ, ਭਾਵੇਂ ਤੂੰ ਰੂਪ ਪੱਖੋਂ ਸੋਹਣਾ, ਭਾਵੇਂ ਤੇਰੇ ਕੋਲ ਕੋਈ ਵੀ ਗੁਣ, ਕੀਰਤਨ ਕਰਦਾ, ਕਥਾ ਕਰਦਾ, ਸਭ ਚੰਗੀਆਂ ਗੱਲਾਂ ਨੇ, ਪਰ ਇੱਕ ਚੀਜ਼ ਆਪਣੇ ਮਾਇੰਡ ਵਿੱਚ ਪੱਕੇ ਤੌਰ ਤੇ ਬਿਠਾ, ਜਿਉਂ ਜਿਉਂ ਤੇਰੇ ਅੰਦਰ ਗੁਣ ਵਧਣ, ਬਾਬਾ ਆਨੰਦ ਸਿੰਘ ਜੀ ਕਹਿੰਦੇ ਤਿਉਂ ਤਿਉਂ ਤੂੰ ਝੁਕਦਾ ਜਾ। ਗੱਲ ਬਸ ਇੰਨੀ ਹੈ, ਟਾਣ ਓਨਾ ਹੀ ਝੁਕਦਾ ਜਿਸ ਟਾਣ ਨੂੰ ਫਲ ਜ਼ਿਆਦਾ ਲੱਗੇ ਹੋਣ। ਜਿਹੜਾ ਟਾਣ ਖੜੋਤਾ ਉਹ ਤੇ ਫਲਾਂ ਤੋਂ ਹੀਣ ਹੈ, ਜਿੰਨੇ ਫਲ ਲੱਗੀ ਜਾਣ ਓਨਾ ਝੁਕਦਾ ਜਾ ਤੇ ਕਹਿ ਕਹੋ ਨਾਨਕ ਸਭ ਤੇਰੀ ਵਡਿਆਈ। ਸਾਰੇ ਬੋਲੋ ਕਹੋ ਨਾਨਕ ਸਭ ਤੇਰੀ ਵਡਿਆਈ, ਸਰ ਬੋਲੋ ਕਹੋ ਨਾਨਕ ਸਭ ਕੋਈ ਨਾਉ ਨਾ ਜਾਣੇ ਮੇਰਾ। ਮਹਾਰਾਜ ਮੈਂ ਉਹ ਹੀ ਹਾਂ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਦਾ ਹੁੰਦਾ, ਅੱਜ ਜੇ ਕੋਈ ਤੁਸੀਂ ਰੰਗ ਭਾਗ ਲਾਏ ਨੇ ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਤੁਹਾਡੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਿੱਖਣੀ ਜੇ ਗਰੀਬੀ ਤੇ ਬਾਬਾ ਆਨੰਦ ਸਿੰਘ ਜੀ ਕੋਲੋਂ ਸਿੱਖੀਏ, ਜਿਨ੍ਹਾਂ ਦਾ ਦਿਨ ਮਨਾਉਂਦੇ ਆ ਦਿਨ, ਏਡੀ ਨਿਮਰਤਾ ਏਡੀ ਗਰੀਬੀ ਔਰ ਸੱਚਾਈ ਹੈ ਸੱਚਾਈ। ਗੁਰੂ ਬਾਬਾ ਨਾਨਕ ਪਿਤਾ ਜੀ ਦਾ ਵੀ ਬਚਨ ਹੈ, ਕਹਿੰਦੇ ਉਹ ਜਿਹੜਾ ਮੇਰਾਂ ਦਾ ਮਾਲਕ ਹੈ ਨਾ, ਮੇਰਾਂ ਦਾ ਮਾਲਕ ਨਿਰੰਕਾਰ ਜਿਹੜਾ ਪਰਮੇਸ਼ਰ ਹੈ, ਕਹਿੰਦੇ ਮੇਰਾਂ ਦੇ ਮਾਲਕ ਦੀ ਸੰਨਤ ਦੇ ਵਿੱਚ, ਸੰਨਤ ਦਾ ਮਤਲਬ ਦੁਨੀਆ, ਕਹਿੰਦੇ ਮੇਰਾਂ ਦੇ ਮਾਲਕ ਦੀ ਸੰਨਤ ਦੇ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ, ਦੂਜਾ ਸਿੱਕਾ ਚੱਲਦਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਬਾਬਾ ਆਨੰਦ ਸਿੰਘ ਜੀ ਦਾ ਜੀਵਨ ਤੁਸੀਂ ਪਿਆਰ ਨਾਲ ਪੜ੍ਹ ਲਓ, ਪਿਆਰ ਨਾਲ ਸੁਣ ਲਓ, ਨਿਮਰਤਾ ਦਾ ਛੱਟਾ ਪੈਣਾ ਹੀ ਪੈਣਾ ਜੋ ਮਰਜ਼ੀ ਹੋ ਜਾਏ, ਪਰ ਪੜ੍ਹਿਓ ਪਿਆਰ ਨਾਲ। ਕਿੰਤੂ ਪਰੰਤੂ ਨਾਲ ਨਹੀਂ, ਗਲਤੀਆਂ ਲੱਭਣ ਵਾਲੇ ਸੁਭਾਅ ਨਾਲ ਨਹੀਂ, ਪੜ੍ਹਿਓ ਪਿਆਰ ਨਾਲ, ਸੁਣਿਓ ਪਿਆਰ ਦੇ ਨਾਲ, ਫਿਰ ਨਿਮਰਤਾ ਦਾ ਛੱਟਾ ਪਏਗਾ ਹੀ ਪਏਗਾ। ਇਹ ਨਿਮਰਤਾ ਦਾ ਛੱਟਾ ਕੌਣ ਦਿੰਦਾ? ਕਮਾਈ ਵਾਲਾ ਸਾਧੂ ਦਿੰਦਾ, ਕਮਾਈ ਵਾਲਾ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ, ਪਰ ਨਿਮਰਤਾ ਦਾ ਪੱਲਾ ਨਾ ਛੱਡੀ, ਨਿਮਰਤਾ ਦਾ ਗਹਿਣਾ ਨਾ ਲਾਈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਨਿਮਰਤਾ ਦਾ ਗਹਿਣਾ ਨਾ ਲੱਭੇ ਜੋ ਮਰਜ਼ੀ ਹੋ ਜਾਏ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ, ਹੈਰਾਨ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਇਹ ਕੰਮ ਇੰਪੋਸੀਬਲ ਹੈ, ਹੋ ਨਹੀਂ ਸਕਦਾ, ਅਸੰਭਵ ਕੰਮ ਹੈ, ਹੋ ਨਹੀਂ ਸਕਦਾ। ਪਰ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਤੂੰ ਨਿਮਰਤਾ ਦੇ ਨਾਲ ਆਪਣੇ ਗੁਰੂ ਅੱਗੇ ਅਰਦਾਸ ਕਰਨਾ ਸਹੀ, ਨਿਮਰਤਾ ਦੇ ਨਾਲ ਨਿਮਾਣਾ ਬਣ ਕੇ ਅਰਦਾਸ ਕਰਦੇ ਸਹੀ। ਤੂੰ ਕਹਿੰਦਾ ਇਹ ਕੰਮ ਹੋ ਨਹੀਂ ਸਕਦਾ, ਇੰਪੋਸੀਬਲ ਹੈ, ਕਹਿੰਦੇ ਜਦੋਂ ਤੂੰ ਨਿਮਰਤਾ ਦੇ ਨਾਲ ਅਰਦਾਸ ਕਰੇਗਾ ਨਾ, ਤੂੰ ਕਹਿੰਦਾ ਇਹ ਕੰਮ ਹੋ ਨਹੀਂ ਸਕਦਾ, ਤੇ ਗੁਰੂ ਨਾਨਕ ਕਹਿਣਗੇ, ਗੁਰੂ ਰਾਮਦਾਸ ਕਹਿਣਗੇ, ਤੂੰ ਨਿਮਰਤਾ ਦੇ ਨਾਲ ਅਰਦਾਸ ਕਰਨੀ ਸ਼ੁਰੂ ਕਰਤੀ ਹੈ, ਮੈਂ ਤੇਰਾ ਕੋਈ ਕੰਮ ਰੁਕਣ ਹੀ ਨਹੀਂ ਦੇਣਾ, ਤੇਰੇ ਅਸੰਭਵ ਕੰਮ ਵੀ ਮੈਂ ਸੰਭਵ ਬਣਾ ਦਿਆਂਗਾ, ਸੰਭਵ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੰਭਵ ਕੰਮ ਵੀ ਸੰਭਵ ਬਣ ਜਾਣਗੇ ਜਦੋਂ ਨਿਮਾਣੇ ਬਣ ਕੇ ਅਰਦਾਸ ਕਰਾਂਗੇ। ਨਿਮਰਤਾ ਚ ਏਡੀ ਪਾਵਰ ਹੈ, ਪਰ ਨਿਮਰਤਾ ਚ ਰਹਿਣਾ ਸਿਖਾਏਗਾ ਕੌਣ? ਇੱਕ ਕਮਾਈ ਵਾਲਾ ਮਹਾਂਪੁਰਖ, ਬਾਬਾ ਆਨੰਦ ਸਿੰਘ ਵਰਗਾ ਮਹਾਂਪੁਰਖ ਜੀ, ਇਹ ਸਿਖਾਉਣਗੇ ਸਾਨੂੰ ਨਿਮਰਤਾ ਚ ਕਿਵੇਂ ਰਹਿਣਾ। ਨਿਮਰਤਾ ਚ ਏਡੀ ਤਾਕਤ ਹੈ, ਏਡੀ ਤਾਕਤ ਕਈ ਵਾਰੀ ਅਸੀਂ ਕਹਿੰਦੇ ਇਹ ਕੰਮ ਇੰਪੋਸੀਬਲ ਹੋ ਹੀ ਨਹੀਂ ਸਕਦਾ, ਅਸੰਭਵ ਕੰਮ ਹੈ। ਪਰ ਜਦੋਂ ਤੋਂ ਨਿਮਰਤਾ ਦੇ ਵਿੱਚ ਆ ਕੇ ਗੁਰੂ ਅੱਗੇ ਢਹਿਣਾ ਨਾ, ਗੁਰੂ ਇਹੋ ਜਿਹੀ ਕਿਰਪਾ ਕਰਦਾ, ਤੇਰਾ ਕੋਈ ਵੀ ਅਸੰਭਵ ਕੰਮ ਅਸੰਭਵ ਨਹੀਂ ਰਹਿਣ ਦਿੰਦਾ। ਤੇਰੇ ਹਰ ਅਸੰਭਵ ਕੰਮ ਨੂੰ ਗੁਰੂ ਰਾਮਦਾਸ ਸੰਭਵ ਕਰ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮ। ਤੁਸੀਂ ਸਿਆਣੇ ਹੋ, ਕੋਈ ਗੁਰਦੁਆਰਾ ਬਣਿਆ ਜਾਂ ਕਿਸੇ ਦੀ ਕੋਠੀ ਬਣੀ, ਬੰਗਲਾ ਬਣਿਆ, ਵੱਡੀ ਇਮਾਰਤ, ਕੋਈ ਇੱਕਦਮ ਨੀਆਂ ਤੋਂ ਉਹ ਇਮਾਰਤ ਘੁੰਮ ਜੇ, ਨੀਆਂ ਤੋਂ ਇੰਪੋਸੀਬਲ ਗੱਲ ਹੈ ਨਾ, ਨੀਆਂ ਤੋਂ ਇਮਾਰਤ ਘੁੰਮਣੀ ਆਪੇ ਘੁੰਮ ਜੇ, ਬਿਲਕੁਲ ਇੰਪੋਸੀਬਲ ਗੱਲ। ਪਰ ਕਿੱਡੀ ਹੈਰਾਨਗੀ ਦੀ ਗੱਲ ਹੈ, ਅੱਜ ਵੀ ਉਹ ਮੰਦਿਰ ਮੌਜੂਦ ਹੈ। ਜਦੋਂ ਭਗਤ ਨਾਮਦੇਵ ਜੀ ਉਸ ਮੰਦਿਰ ਦੇ ਅੱਗੋਂ ਲੰਘਦੇ ਜਾ ਰਹੇ ਤੇ ਅੰਦਰ ਨਾ ਪਾਂਡੇ ਕੀਰਤਨ ਕਰਦੇ ਸੀ, ਠਾਕੁਰ ਦੀ ਪੂਜਾ ਕੀਰਤਨ ਕਰ ਰਹੇ, ਭਗਤ ਨਾਮਦੇਵ ਜੀ ਨੇ ਵੇਖਿਆ ਅੰਦਰ ਕੀਰਤਨ ਹੋ ਰਿਹਾ ਤੇ ਭਗਤ ਜੀ ਅੰਦਰ ਚਲੇ ਗਏ, ਉਹ ਵੀ ਕੀਰਤਨ ਕਰਦੇ ਸੀ ਭਗਤ ਨਾਮਦੇਵ ਜੀ। ਆ ਜਿੰਨੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਨੇ, ਸੰਤ ਜਨ ਨੇ, ਭਗਤ ਪਿਆਰੇ ਸਾਰੇ ਕੀਰਤਨੀਏ ਨੇ। ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਪਿਤਾ ਜੀ ਵੀ ਕੀਰਤਨ ਕਰਦੇ ਰਹੇ ਨੇ, ਕੀਰਤਨ। ਔਰ ਕੀਰਤਨ ਦੇ ਆਸ਼ਕ ਸੀ ਆਸ਼ਕ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ। ਭਗਤ ਨਾਮਦੇਵ ਜੀ ਜਦੋਂ ਗਏ ਅੰਦਰ, ਉਹ ਜਦੋਂ ਹੰਕਾਰੀ ਪੰਡਤਾਂ ਨੇ ਵੇਖਿਆ ਇਹ ਨੀਵੀਂ ਜਾਤ ਦਾ ਸ਼ੀਂਬਾ ਇਹ ਕਿੱਥੋਂ ਆ ਗਿਆ, ਉਹਨਾਂ ਨੇ ਕੀਰਤਨ ਰੋਕਤਾ, ਕੀਰਤਨ ਬੰਦ ਕਰਤਾ। ਭਗਤ ਨਾਮਦੇਵ ਨੂੰ ਕਹਿੰਦੇ ਚੱਲ ਨਿਕਲ ਮੰਦਿਰ ਚੋਂ ਬਾਹਰ। ਉਹ ਕਹਿੰਦੇ ਮੈਂ ਵੀ ਕੀਰਤਨ ਕਰਨਾ, ਮੈਂ ਤੁਹਾਡੇ ਨਾਲ ਬਹਿ ਕੇ ਜਿਵੇਂ ਤੁਸੀਂ ਗੁਣ ਗਾ ਰਹੇ ਮੈਂ ਵੀ ਗਾਵਾਂਗਾ। ਕਹਿੰਦੇ ਨਹੀਂ ਤੂੰ ਨੀਵੀਂ ਜਾਤੀ ਦਾ ਹੈ, ਤੇਰੇ ਇੱਥੇ ਬਹਿਣ ਦੀ ਥਾਂ ਕੋਈ ਨਹੀਂ। ਪਰ ਭੁੱਲ ਗਏ, ਭੁੱਲ ਗਏ, ਕੋਈ ਜਾਤ ਪਾਤ ਕਰਕੇ ਉੱਚਾ ਨੀਵਾਂ ਨਹੀਂ ਹੁੰਦਾ, ਉੱਚਾ ਨੀਵਾਂ ਬੰਦਾ ਹੁੰਦਾ ਆਪਣੇ ਕਰਮਾਂ ਕਰਕੇ। ਜਿਹੋ ਜੇ ਤੂੰ ਕਰਮ ਕਰਦਾ, ਕਰਮ ਜਿਹੋ ਜੇ ਤੂੰ ਕੰਮ ਕਰਦਾ, ਨੀਵੀਂ ਜਾਤੀ ਵਿੱਚ ਜਨਮ ਲੈ ਕੇ ਜੇ ਕਰਮ ਉੱਚੇ ਕਰਨਾ ਨਾ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਤੇਰੀ ਜੈ ਜੈ ਕਾਰ ਕਰਾਉਣ ਤੋਂ ਕੋਈ ਤੈਨੂੰ ਰੋਕ ਲਵੇ, ਕੋਈ ਨਹੀਂ ਰੋਕ ਸਕਦਾ, ਤੇਰੀ ਜੈ ਜੈਕਾਰ ਹੋਏਗੀ ਹੋਏਗੀ, ਦੁਨੀਆਂ ਦੀ ਕੋਈ ਤਾਕਤ ਨਹੀਂ ਤੇਰੀ ਜੈ ਜੈਕਾਰ ਰੋਕਣ ਵਾਲੀ। ਤੇ ਜੇ ਉੱਚੀ ਜਾਤ ਵਿੱਚ ਜਨਮ ਲੈ ਕੇ ਤੂੰ ਕੰਮ ਨੀਵੇਂ ਕਰਦਾ ਨਾ, ਅੱਜ ਨਹੀਂ ਤੇ ਕੱਲ ਤੇਰੇ ਮੂੰਹ ਤੇ ਥੂ ਥੂ ਹੋਣੀ ਹੋਣੀ ਹੈ, ਕੋਈ ਨਹੀਂ ਰੋਕ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਕਿਹਾ ਜਾਂਦਾ ਸੀ, ਜੀ ਇਹ ਤੇ ਜੁਲਾਏ ਨੇ, ਇਹ ਤੇ ਸੈਣ ਨਾਈ ਏ, ਇਹ ਸਦਨਾ ਕਸਾਈ ਏ, ਇਹ ਸ਼ਿੰਬਾ ਹੈ, ਇਹ ਤੇ ਰਵਿਦਾਸ ਏ, ਮੋਏ ਪਸ਼ੂਆਂ ਦੇ ਢੋਰ ਢੁੰਡਾ। ਲੋਕ ਕਹਿੰਦੇ ਨੀਵੀਂ ਜਾਤੀਆਂ ਦੇ ਨੇ ਸਾਰੇ, ਪਰ ਮਹਾਰਾਜ ਕਹਿੰਦੇ ਇਹਨਾਂ ਦੇ ਕਰਮ ਇੰਨੇ ਉੱਚੇ ਨੇ, ਇੰਨੇ ਉੱਚੇ ਨੇ, ਲੋਕੀ ਕਹਿੰਦੇ ਅਸੀਂ ਕੋਲ ਨਹੀਂ ਬਹਿਣ ਦੇਣਾ।
ਗੁਰੂ ਪਿਤਾ ਕਹਿੰਦੇ ਕੋਈ ਨਹੀਂ, ਦੁਨੀਆ ਕੋਲ ਨਹੀਂ ਬਹਿਣ ਦਿੰਦੀ, ਤੁਹਾਨੂੰ ਮੈਂ ਇਹੋ ਜਿਹੀ ਜਗ੍ਹਾ ਦੇ ਵਿੱਚ ਤੁਹਾਡਾ ਨਿਵਾਸ ਕਰਾ ਦਿਆਂਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਿ ਪੂਰੀ ਦੁਨੀਆ ਆ ਆ ਕੇ ਤੁਹਾਡੇ ਚਰਨਾਂ ਵਿੱਚ ਝੁਕਿਆ ਕਰੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੋਕੀ ਕਹਿੰਦੇ ਇਹ ਤੇ ਨੀਵੀਆਂ ਜਾਤੀਆਂ ਦੇ ਨੇ, ਪਰ ਪਿਆਰਿਓ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਗ੍ਹਾ ਦੇ ਦਿੱਤੀ। ਪਿਆਰ ਨਾਲ ਲਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ, ਇਹਦਾ ਨਹੀਂ ਧੰਨ ਬਾਬਾ। ਕਰਮ ਜੇ ਤੇਰੇ ਉੱਚੇ ਨੇ ਤੇ ਫਿਰ ਤੇ ਕਿਰਪਾ, ਭਾਵੇਂ ਨੀਵੀਂ ਜਾਤ ਦਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਤੇ ਜੇ ਕਰਮ ਨੀਵੇਂ ਨੇ ਭਾਵੇਂ ਉੱਚੀ ਜਾਤ ਦਾ, ਫਿਰ ਦਿਮਾਗ ਤੇ ਜ਼ਰੂਰ ਬੋਝ ਰੱਖੀ, ਕਿਉਂ ਅੱਜ ਨਹੀਂ ਤੇ ਕੱਲ ਥੂ ਥੂ ਹੋਣੀ ਹੋਣੀ। ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿਮ ਹੋ ਚੜ੍ਹਦੀ ਕਲਾ ਚ ਹੋ ਥੋੜੇ ਜਿਹੇ ਮਿੰਟ ਰਹਿ ਗਏ, 15 ਕੁ ਮਿੰਟ ਅੰਦਾਜ਼ਾ ਆਪਣੇ ਹੋ, ਤੇ ਬਸ ਇਸੇ ਵਿਲ ਪਾਵਰ ਨਾਲ ਬਹਿਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਮੈਂ ਜਿਹੜੀ ਗੱਲ ਕਰਨੇ ਆ, ਉਹ ਅਹੰਕਾਰੀ ਪੰਡਤਾਂ ਨੇ ਨਾ ਭਗਤ ਨਾਮਦੇਵ ਜੀ ਵੱਲ ਵੇਖ ਕੇ ਨਾ ਕੀਰਤਨ ਬੰਦ ਕਰਤਾ, ਕਹਿੰਦੇ ਨਿਕਲ ਬਾਹਰ। ਕੱਲਾ ਮੂੰਹੋਂ ਨਹੀਂ ਕਿਹਾ, ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਮਾਰ ਕੇ ਕੱਢ ਦਿੱਤਾ ਮੰਦਿਰ ਚੋਂ ਬਾਹਰ। ਹੁਣ ਭਗਤ ਨਾਮਦੇਵ ਜੀ ਬਹਿ ਗਏ ਮੰਦਿਰ ਦੇ ਪਿੱਛੇ, ਜਦੋਂ ਬੈਠੇ ਤੇ ਪਤਾ ਕੀ ਕਹਿੰਦੇ, ਕਹਿੰਦੇ ਕਿ ਪਰਮੇਸ਼ਰ ਮੈਂ ਇਹਨਾਂ ਨਾਲ ਕੀ ਗੱਲਬਾਤ ਕਰਾਂ, ਮੇਰੀ ਗੱਲਬਾਤ ਇਹਨਾਂ ਨਾਲ ਨਹੀਂ, ਮੇਰੀ ਗੱਲਬਾਤ ਤੇ ਤੇਰੇ ਨਾਲ ਹੈ। ਅੱਜ ਮੈਨੂੰ ਧੱਕੇ ਨਹੀਂ ਪਏ, ਪਰਮੇਸ਼ਰ ਤੇਰੇ ਕੀਰਤਨ ਨੂੰ ਧੱਕੇ ਪਏ। ਅੱਜ ਮੈਨੂੰ ਧੱਕੇ ਨਹੀਂ ਪਏ, ਤੇਰੇ ਨਾਮ ਨੂੰ ਧੱਕੇ ਪਏ। ਹੁਣ ਮੰਦਿਰ ਦੇ ਪਿੱਛੇ ਬਹਿ ਗਏ ਤੇ ਫਿਰ ਪਿਆਰ ਵਿੱਚ ਬੋਲਣਾ ਸ਼ੁਰੂ ਕਰਤਾ, ਪਤਾ ਕੀ ਕਰਿਓ ਕਿਰਪਾ। ਉਸੇ ਤਰ੍ਹਾਂ ਤਿੰਨਾਂ ਕਿੱਸਿਆਂ ਚ ਮੁਕੋ ਤੂੰ ਨਾ ਵਿਸਾਰ, ਮੁਕੋ ਤੂੰ ਨਾ ਵਿਸਾਰ, ਮੁਕੋ
ਮੇਰੀ ਗੰਗ ਤੇਰੇ ਨਾਲ ਏ ਮੂਏ ਮੂਏ ਚੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਜੇ ਦਿੱਤੀ ਉਹ ਕਿਸੇ ਨੂੰ ਥੋੜੀ ਪਤਾ ਲੱਗਣੀ ਜਿਹੜਾ ਮਰੇਗਾ ਉਹਨੇ ਪਤਾ ਲੱਗਣੀ ਨਾ ਜਾਂ ਤੈਨੂੰ ਪਤਾ ਹੈ ਜਾਂ ਮਰਨ ਵਾਲੇ ਨੂੰ ਪਤਾ ਦੁਨੀਆਂ ਨੂੰ ਪਤਾ ਥੋੜੀ ਲੱਗਣਾ ਮੂਏ ਖੂਏ ਚੋਂ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਡੀਆਂ ਮੁਕਟੇ ਕਹਿਤ ਤੇਰੀ ਪੈਜ ਪਿਛੌਂਦੀ ਕੋਇਲਾ ਤੂੰ ਜੋ ਦਿਆਲ ਕਿਰਪਾਨ ਕਈ ਅੱਤ ਖੇ ਅੱਤ ਕੁਝ ਭਇਓ ਅਪਾਰ ਲਾ ਔਰ ਨਿਮਰਤਾ ਦੇ ਵਿੱਚ ਆ ਕੇ ਬੇਨਤੀਆਂ ਜਦੋਂ ਸ਼ੁਰੂ ਕੀਤੀਆਂ ਨਾ ਅਸੰਭਵ ਕੰਮ ਸੰਭਵ ਹੋਣ ਲੱਗਾ ਜੇ ਕਹਿੰਦੇ ਤੂੰ ਜੋ ਦਿਆਲ ਕਿਰਪਾਲ ਕਈ ਅੱਤ ਖੇ ਅੱਤ ਕੁਝ ਭਇਓ ਅਪਾਰ ਲਾ ਫੇਰ ਦੀਆ ਦੇਹੋਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ ਹੋਇਆ ਕਿ ਇੱਕਦਮ ਨਾ ਮੰਦਰ ਨੀਆਂ ਤੋਂ ਘੁੰਮਣਾ ਸ਼ੁਰੂ ਹੋ ਗਿਆ ਕੜਕੜ ਕੜ ਏਦਾਂ ਆਵਾਜ਼ਾਂ ਆਉਣ ਲੱਗ ਪਈਆਂ ਉਹ ਪੰਡਤਾਂ ਨੇ ਸੋਚਿਆ ਸ਼ਾਇਦ ਭੁਚਾਲ ਆ ਗਿਆ ਡਰਦੇ ਮਾਰੇ ਸਾਰੇ ਆ ਗਏ ਬਾਹਰ ਤੇ ਕੀ ਵੇਖਦੇ ਨੇ ਸਭ ਦੀਆਂ ਜਿਹੜੀਆਂ ਉਂਗਲੀਆਂ ਨੇ ਨਾ ਦੰਦਾਂ ਥੱਲੇ ਚਲੀਆਂ ਗਈਆਂ ਕੀ ਵੇਖਦੇ ਮੰਦਰ ਘੁੰਮਦਾ ਤੇ ਘੁੰਮਦਾ 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 ਜਿਹੜਾ ਮੰਦਰ ਦਾ ਮੂੰਹ ਹੈ ਨਾ ਉਹ ਹੋ ਗਿਆ ਭਗਤ ਨਾਮ ਦੇ ਵੱਲ ਤੇ ਅਹੰਕਾਰੀ ਪੰਡਤਾਂ ਦੇ ਵੱਲ ਮੰਦਰ ਦੀ ਪਿੱਠ ਹੋ ਗਈ ਬੋਲੇ ਸੋਨਿਹਾਲ ਸ੍ਰੀ ਅਕਾਲ ਇੰਪੋਸੀਬਲ ਕੰਮ ਵੀ ਪੋਸੀਬਲ ਹੋ ਗਿਆ ਅਸੰਭਵ ਗੱਲ ਵੀ ਅੱਜ ਸੰਭਵ ਹੋ ਗਈ ਸਦਕੇ ਨਿਮਰਤਾ ਦੇ ਨਿਮਰਤਾ ਦੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਨਿਮਰਤਾ ਦਾ ਗਹਿਣਾ ਪਾਉਣਾ ਕੌਣ ਸਿਖਾਏਗਾ ਬਾਬਾ ਨੰਦ ਸਿੰਘ ਵਰਗਾ ਸਾਧੂ ਸਿਖਾਏਗਾ ਇਹ ਨਿਮਰਤਾ ਦਾ ਗਹਿਣਾ ਪਾਉਣਾ ਕੌਣ ਸਿਖਾਏਗਾ ਬਾਬਾ ਕੁੰਦਨ ਸਿੰਘ ਜੀ ਵਰਗਾ ਸਾਧੂ ਸਿਖਾਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਏਡੀ ਗਰੀਬੀ ਕਮਾਈ ਬਾਬਾ ਕੁੰਦਨ ਸਿੰਘ ਸਾਹਿਬ ਜੀ ਨੇ ਏਡੀ ਗਰੀਬੀ ਕਮਾਲ ਨਿਮਰਤਾ ਦੀਆਂ ਹੱਦਾਂ ਟਪਾਤੀਆਂ ਹੱਦਾਂ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਕੋਈ ਪਿਆਰ ਵਾਲੀ ਸੰਗਤ ਪਹੁੰਚਦੀ ਸੀ ਨਾ ਤੇ ਬਾਬਾ ਕੁੰਦਨ ਸਿੰਘ ਜੀ ਪਤਲੀ ਜੀ ਤਲਾਈ ਤੇ ਵੀ ਜੇ ਬੈਠੇ ਹੁੰਦੇ ਸੀ ਨਾ ਤਲਾਈ ਤੇ ਵੀ ਤਲਾਈ ਆਪਣੇ ਥੱਲਿਓਂ ਕੱਢ ਦਿੰਦੇ ਸੀ ਤਲਾਈ ਤੇ ਗੁਰੂ ਰਾਮਦਾਸ ਦੀ ਨਗਰੀ ਤੋਂ ਸੰਗਤ ਆਈ ਏ ਇਹ ਬੈਠੇ ਦਰੀ ਦੇ ਉੱਤੇ ਤੇ ਮੈਂ ਤਲਾਈ ਵਿਛਾ ਕੇ ਬੈਠਾ ਇਹ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਸੰਗਤ ਦੀ ਬੇਦਬੀ ਏ ਏਡੀ ਗਰੀਬੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ ਗਰੀਬੀ ਗਰੀਬੀ ਨਿਮਰਤਾ ਕਮਾਈ ਆਪ ਵੀ ਤੇ ਜਿਨ੍ਹਾਂ ਨੇ ਪਿਆਰ ਵਿੱਚ ਉਹਨਾਂ ਦੀ ਸੰਗਤ ਕੀਤੀ ਜਾਂ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਪੜ੍ਹ ਹੀ ਲਿਆ ਪਿਆਰ ਵਿੱਚ ਉਹਨਾਂ ਦੇ ਉੱਤੇ ਵੀ ਛਿੱਟੇ ਪਾਏ ਛਿੱਟੇ ਇਹ ਨਿਮਰਤਾ ਦੇ ਹਾਂਜੀ ਕਰਿਓ ਕਿਰਪਾ ਪਿਆਰ ਵਿੱਚ ਸਾਰੇ ਗੱਜ ਕੇ ਉਸੇ ਤਰ੍ਹਾਂ ਵੇਖੋ ਨਿਮਰਤਾ ਦੇ ਵਿੱਚ ਕੀਤੀ ਅਰਦਾਸ ਅਸੰਭਵ ਕੰਮ ਸੰਭਵ ਹੋ ਗਏ ਸੰਭਵ ਗੁਰੂ ਪਿਤਾ ਜੀ ਨੇ ਵੀ ਮੋਹਰ ਲਾਤੀ ਨਾ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਜੋ ਨਾਮਾ ਹਰ ਗੁਣ ਉਚਰੇ
ਵਾਹਿਗੁਰੂ ਨਿਮਰਤਾ ਨੇ ਇੰਪੋਸੀਬਲ ਕੰਮ ਵੀ ਪੋਸੀਬਲ ਕਰ ਦਿੱਤਾ ਤੇ ਸਾਨੂੰ ਨਿਮਰਤਾ ਚ ਰਹਿਣਾ ਸਿਖਾਇਆ ਕਿੰਨੇ ਬਾਬਾ ਆਨੰਦ ਸਿੰਘ ਜੀ ਨੇ ਕਿੰਨੇ ਸਿਖਾਇਆ ਬਾਬਾ ਕੁੰਦਨ ਸਿੰਘ ਜੀ ਨੇ ਆਖੋ ਧੰਨ ਗੁਰੂ ਰਾਮਦਾਸ ਜੀ ਇੱਕ ਕਮਾਈ ਵਾਲਾ ਸਾਧੂ ਹੀ ਸਿਖਾਏਗਾ ਨਿਮਰਤਾ ਚ ਕਿਵੇਂ ਰਹਿਣਾ ਨਿਰਵੈਰਤਾ ਵਾਲਾ ਜੀਵਨ ਕਿਵੇਂ ਬਣਾਉਣਾ ਹੈ ਤੇ ਸੱਚੀ ਗੱਲ ਏ ਇੱਕ ਕਮਾਈ ਵਾਲਾ ਸਾਧੂ ਹੀ ਸਿਖਾਏਗਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ ਵੱਡਿਆਂ ਦਾ ਆਦਰ ਕਿਵੇਂ ਕਰਨਾ ਹੈ ਸੁਣਿਓ ਧਿਆਨ ਨਾਲ ਬਾਬਾ ਆਨੰਦ ਸਿੰਘ ਸਾਹਿਬ ਬੈਠੇ ਸੀ ਪਤੀ ਤੇ ਪਤਨੀ ਆਏ ਬਾਬਾ ਆਨੰਦ ਸਿੰਘ ਜੀ ਦੇ ਕੋਲ ਪਤੀ ਦਾ ਨਾਮ ਚੰਨਣ ਸਿੰਘ ਗੱਲ ਹੁਣ ਧਿਆਨ ਨਾਲ ਸੁਣਨੀ ਜੇ ਤੇ ਅੱਜ ਜਦੋਂ ਜਾਣਾ ਹੈ ਨਾ ਬਖਸ਼ਿਸ਼ਾਂ ਲੈ ਕੇ ਜਾਣਾ ਹੈ ਜੀ ਹੁਣ ਜਦੋਂ ਆਏ ਤੇ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਕੋਲ ਉਦਾਂ ਤੇ ਸਮਾਂ ਲੱਗਦਾ ਹੀ ਨਹੀਂ ਸੀ ਕੋਈ ਬੇਨਤੀ ਕਰਨ ਦਾ ਇਹਨਾਂ ਨੂੰ ਕੁਦਰਤੀ ਲੱਗਿਆ ਇਹਨਾਂ ਨੇ ਦੁਨਿਆਵੀ ਗੱਲ ਕੀਤੀ ਮੈਂ ਕਹਿੰਦਾ ਨੀ ਇਹਨਾਂ ਦੀ ਦੁਨਿਆਵੀ ਗੱਲ ਦੇ ਵਿੱਚ ਵੀ ਸਾਡੇ ਵਰਗਿਆਂ ਦਾ ਭਲਾ ਛੁਪਿਆ ਸੀ ਭਲਾ ਬੇਨਤੀ ਕੀਤੀ ਮਹਾਂਪੁਰਖੋ ਮੱਝਾਂ ਦਾ ਦੁੱਧ ਦਾ ਕੰਮ ਹੈ ਸਾਡਾ ਤੇ ਮੱਝਾਂ ਦਾ ਨਾ ਦੁੱਧ ਸੁੱਕ ਗਿਆ ਕਿਰਪਾ ਕਰੋ ਦੁੱਧ ਮੁੜ ਆ ਜਾਏ ਗੱਲ ਹੁਣ ਸੁਣਨ ਵਾਲੀ ਜੀ ਇਹਨਾਂ ਦੇ ਮਨ ਚ ਸੀ ਸ਼ਾਇਦ ਮਹਾਂਪੁਰਖ ਕੋਈ ਸ਼ਬਦ ਦਾ ਜਾਪ ਦੇਣਗੇ ਕੋਈ ਬਾਣੀ ਦਾ ਨੇਮ ਦੇਣਗੇ ਇੰਨੀ ਬਾਣੀ ਪੜੋ ਇੰਨਾ ਜਾਪ ਕਰੋ ਦੁੱਧ ਆ ਜਾਏਗਾ ਪਰ ਮਹਾਂਪੁਰਖ ਗੱਲ ਦੀ ਗਹਿਰਾਈ ਤੱਕ ਜਾਂਦਾ ਹੈ ਬਾਬਾ ਜੀ ਕਹਿੰਦੇ ਕੀ ਨਾ ਜੀ ਚੰਨਣ ਸਿੰਘ ਇਹ ਨਾਲ ਕੌਣ ਨੇ ਜੀ ਮੇਰੀ ਘਰ ਵਾਲੀ ਚੰਨਣਾ ਇੱਕ ਗੱਲ ਦੱਸ ਘਰ ਦੇ ਵਿੱਚ ਕਿੰਨੇ ਜੀ ਹੋ ਕਹਿੰਦਾ ਜੀ ਪੰਜ ਆ ਦੋ ਅੱਸੀ ਆ ਦੋ ਸਾਡੇ ਬੱਚੇ ਤੇ ਘਰ ਚ ਇੱਕ ਬਜ਼ੁਰਗ ਮਾਂ ਹੈ ਤੇ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਮੁੱਖੋਂ ਬਚਨ ਪਤਾ ਕੀ ਨਿਕਲਿਆ ਕਹਿੰਦੇ ਚੰਨਣਾ ਸੱਚ ਦੱਸ ਕਦੀ ਆਪਣੀ ਮਾਂ ਨੂੰ ਵੀ ਦੁੱਧ ਪਿਆਏ ਸੁਣਿਆ ਉਹਨੇ ਆ ਬਾਬਾ ਆਨੰਦ ਸਿੰਘ ਜੀ ਐਵੇਂ ਨਹੀਂ ਜੈ ਜੈਕਾਰਾ ਹਰ ਪੱਖ ਤੋਂ ਪੂਰਾ ਉਹ ਸਾਧੂ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਕਹਿੰਦੇ ਕਦੀ ਆਪਣੀ ਮਾਂ ਨੂੰ ਵੀ ਦੁੱਧ ਪਿਆਏ
ਤੇ ਚੰਨਣ ਸਿੰਘ ਨੇ ਹਿੰਮਤ ਕੀਤੀ ਤੇ ਸੱਚ ਬੋਲਤਾ। ਕਹਿੰਦਾ ਮਹਾਂਪੁਰਖੋ, ਰੋਜ਼ ਦੋ ਵੇਲੇ ਮਾਂ ਨੂੰ ਦੁੱਧ ਪਿਉਂਦੇ ਸਾਂ, ਪਰ ਤਿੰਨ ਚਾਰ ਮਹੀਨਿਆਂ ਤੋਂ ਮੇਰੀ ਘਰਵਾਲੀ ਨੇ ਬੰਦ ਕਰਾਤਾ, ਸਾਹਮਣੇ ਖੜੋਤੀ ਇਹਨੇ ਬੰਦ ਕਰਾਤਾ, ਇਹਨੇ ਸ਼ੇਖ ਚਿੱਲੀ ਵਾਲੀ ਮੈਨੂੰ ਪੜ੍ਹਾਈ ਕਰਾਤੀ ਕਿ ਮਾਂ ਦੋ ਵੇਲੇ ਦੁੱਧ ਪੀਂਦੀ ਹੈ, ਹਫ਼ਤਾ ਮਾਂ ਦੁੱਧ ਨਾ ਪੀਵੇ ਇੰਨੇ ਪੈਸੇ ਬਚ ਜਾਣਗੇ, ਮਹੀਨਾ ਨਾ ਪੀਵੇ ਸਾਲ ਨਾ ਪੀਵੇ ਇੰਨੇ ਪੈਸੇ ਬਚ ਜਾਣਗੇ, ਜੇ ਕਿਤੇ ਮਾਂ ਦੋ ਸਾਲ ਦੁੱਧ ਨਾ ਪੀਵੇ ਤੇ ਦੋਵਾਂ ਸਾਲਾਂ ਦੇ ਬਾਅਦ ਅਸੀਂ ਇੱਕ ਮੱਝ ਨਵੀਂ ਲੈ ਸਕਦੇ, ਇੰਨੀ ਕਮਾਈ ਸਾਡੀ, ਇੰਨੇ ਪੈਸੇ ਬਚ ਜਾਣੇ। ਮਹਾਂਪੁਰਖੋ ਇਹਨੇ ਦੁੱਧ ਬੰਦ ਕਰਾਤਾ। ਤੇ ਉਸ ਵੇਲੇ ਬਾਬਾ ਨੰਦ ਸਿੰਘ ਜੀ ਨੇ ਪਤਾ ਕੀ ਕਿਹਾ, ਕਹਿਣ ਲੱਗੇ ਚੰਨਣਾ ਇੱਕ ਗੱਲ ਕਹੀਏ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਜਿਸ ਘਰ ਦੇ ਵਿੱਚ ਮਾਂ ਦੀ ਸੇਵਾ ਨਾ ਹੋਵੇ, ਬਾਪ ਦੀ ਸੇਵਾ ਨਾ ਹੋਵੇ, ਜਿਸ ਘਰ ਵਿੱਚ ਮਾਪਿਆਂ ਦੀ ਸੇਵਾ ਨਹੀਂ, ਕਹਿੰਦੇ ਉੱਥੋਂ ਬਰਕਤਾਂ ਉੱਡ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਿਸ ਘਰ ਦੇ ਵਿੱਚ ਮਾਂ ਬਾਪ ਦੀ ਸੇਵਾ ਨਾ ਹੋਵੇ ਉੱਥੋਂ ਬਰਕਤਾਂ ਉੱਡ ਜਾਂਦੀਆਂ ਨੇ। ਉਸ ਵੇਲੇ ਹੱਥ ਕੰਬਣ ਲੱਗ ਪਏ, ਮਹਾਂਪੁਰਸ਼ੋ ਤੁਸੀਂ ਸਮਰਥ ਦਿਓ, ਕਿਰਪਾ ਕਰੋ। ਤੇ ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਕੀਤਾ ਕਿ ਕਹਿਣ ਲੱਗੇ ਸਭ ਤੋਂ ਪਹਿਲੇ ਜਾ ਆਪਣੀ ਮਾਂ ਨੂੰ ਗਲਾਸ ਭਰ ਕੇ ਦੁੱਧ ਦਾ ਪਿਆ, ਜੋ ਮੰਗਦਾ ਗੁਰੂ ਨਾਨਕ ਦੇ ਕੋਲੋਂ ਸਭ ਕੁਝ ਤੈਨੂੰ ਆਪੇ ਮਿਲ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਨੰਦ ਸਿੰਘ ਜੀ ਕੀ ਕਹਿੰਦੇ, ਕਹਿਣ ਲੱਗੇ ਕਦੀ ਆਪਣੀ ਮਾਂ ਨੂੰ ਵੀ ਦੁੱਧ ਪਿਆਇਆ? ਜਦੋਂ ਸਾਰੀ ਗੱਲ ਦੱਸੀ ਜੀ ਇਹਨੇ ਬੰਦ ਕਰਤਾ ਸੀ, ਕਹਿੰਦੇ ਹੁਣ ਜਾਓ ਸਭ ਤੋਂ ਪਹਿਲੇ ਗਲਾਸ ਭਰ ਕੇ ਮਾਂ ਨੂੰ ਦੁੱਧ ਦਾ ਦਿਓ, ਜੋ ਗੁਰੂ ਕੋਲੋਂ ਮੰਗਦੇ ਮਿਲ ਜਾਏਗਾ। ਹੁਣ ਉਹੀ ਨੂੰ ਜਿਹਨੇ ਸੱਸ ਮਾਂ ਨੂੰ ਦੁੱਧ ਦੇਣਾ ਕੀਤਾ ਸੀ ਬੰਦ, ਘਰ ਆਈ ਗਲਾਸ ਭਰ ਕੇ ਜਦੋਂ ਮਾਂ ਦੇ ਅੱਗੇ ਰੱਖਿਆ ਨਾ ਦੁੱਧ ਦਾ, ਉਹ ਮਾਂ ਕਹਿੰਦੀ ਧੀਏ ਤਿੰਨ ਚਾਰ ਮਹੀਨਿਆਂ ਤੋਂ ਤੂੰ ਦੁੱਧ ਨਹੀਂ ਮੈਨੂੰ ਦੇ ਰਹੀ, ਅੱਜ ਕਿਵੇਂ? ਪੈਰ ਫੜ ਲਏ ਆਪਣੀ ਸੱਸ ਮਾਂ ਦੇ ਤੇ ਕਹਿਣ ਲੱਗੀ, ਮਾਂ ਤਿੰਨ ਚਾਰ ਮਹੀਨਿਆਂ ਤੋਂ ਮੈਂ ਭੁੱਲੀ ਰਹੀ, ਪਰ ਅੱਜ ਮੈਨੂੰ ਬਾਬਾ ਨੰਦ ਸਿੰਘ ਵਰਗਾ ਸਾਧੂ ਮਿਲ ਗਿਆ ਜਿਹਨੇ ਮੈਨੂੰ ਇੰਨੀ ਗੱਲ ਸਿਖਾ ਦਿੱਤੀ ਹੈ ਕਿ ਮਾਂ ਦੀ ਅਸੀਸ ਵਿੱਚ ਹੀ ਰੱਬ ਦੀ ਅਸੀਸ ਹੈ, ਮਾਂ ਦੀ ਸੇਵਾ ਦੇ ਵਿੱਚ ਹੀ ਪਰਮੇਸ਼ਰ ਦੀ ਸੇਵਾ ਲੁਕੀ ਹੋਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਦੇਖੋ ਪਿਆਰੇ, ਇਹ ਜਿੰਨੇ ਬੈਠੇ ਹੋ ਨਾ, ਮੇਰੀ ਬੇਨਤੀ ਹੈ, ਬੇਨਤੀ ਬਾਬਾ ਨੰਦ ਸਿੰਘ ਜੀ ਦੇ ਕੋਲੋਂ ਹਰ ਗੁਣ ਅਸੀਂ ਲੈ ਸਕਦੇ ਹਾਂ, ਜੇ ਗੁਣ ਲੈਣ ਵਾਲੇ ਹੋਈਏ ਤਾਂ। ਪ੍ਰੇਮ ਤੇ ਸ਼ਰਧਾ ਨਾਲ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਸੁਣੋ, ਪ੍ਰੇਮ ਸ਼ਰਧਾ ਨਾਲ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਪੜ੍ਹੋ, ਜੀਵਨ ਗਾਥਾ ਉਹਨਾਂ ਦੀ ਪੜ੍ਹੋ। ਜਿਉਂ ਜਿਉਂ ਪੜੋਗੇ ਤਿਉਂ ਤਿਉਂ ਕੋਈ ਨਾ ਕੋਈ ਪ੍ਰੇਮਾ ਭਗਤੀ ਦਾ, ਮਾਤਾ ਪਿਤਾ ਦੀ ਸੇਵਾ ਦਾ, ਨਿਮਰਤਾ ਦਾ, ਨਿਰਵੈਰਤਾ ਦਾ, ਇਹ ਛਿੱਟਾ ਤੁਹਾਡੇ ਉੱਤੇ ਪੈਂਦਾ ਜਾਏਗਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ, ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਆਪਣੀ ਸੇਵਾ ਆਪ ਲਈ, ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਚੱਲ ਕੇ ਆਏ,
ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਭ ਨੂੰ ਭਾਗ ਲਾਉਣ, ਸਾਨੂੰ ਖੁਸ਼ੀਆਂ ਦਿਓ, ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ,
ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ, ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ, ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98159513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ, ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।